ਵਧਾ ਕੇ ਤੋੜਾਂਗੇ ਫਿਰ ਡੋਰ ਵੀ ਤਾਂ ਜਾਵੇ। ਸੋ ਹੈਲੋ ਜੀ, ਵੈਲਕਮ ਟੂ ਅਵਰ ਨਿਊ ਵਲੌਗ। ਕਿੱਦਾਂ ਸਾਰੇ ਵਲੌਗ ਆਪਣਾ ਸਟਾਰਟਰ ਕਰੋ। ਸੋ ਵਲੌਗ ਬਹੁਤ ਜ਼ਿਆਦਾ ਸਪੈਸ਼ਲ ਹੋਣ ਵਾਲਾ, ਜਿੱਦਾਂ ਤੁਸੀਂ ਆਪ ਲੋਕ ਦੇਖ ਰਹੇ ਹੋ ਉੱਧਰ ਮੇਰਾ ਕੈਮਿਸਟਰੀ ਦਾ ਇਗਜ਼ਾਮ ਹੈ, ਅਤੇ ਉਸ ਤੋਂ ਬਾਅਦ ਸਿਰਫ ਮੇਰਾ ਮਿਊਜ਼ਿਕ ਦਾ ਰਹਿ ਜੂ, ਉਹ ਵੀ 10 ਦਿਨਾਂ ਬਾਅਦ ਹੈ, ਅਤੇ ਆਰਾਮ ਨਾਲ ਤਿਆਰੀ ਕਰਾਂਗੇ ਉਹਦੀ ਆਪਾਂ। ਤੋ ਅਸੀਂ ਸੋ ਜਿੰਨੇ ਵੀਡੀਓ ਨੂੰ ਲਾਈਕ ਨਹੀਂ ਕੀਤਾ, ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ। ਦੇਖੋ ਵਧੀਆ ਨਿਕਲੀ ਹੋਈ, ਮਤਲਬ ਹਵਾ ਵੀ ਚੱਲ ਰਹੀ ਹੈ, ਵਾਹਵਾ ਉੱਧਰ ਬੱਦਲ ਵਗੈਰਾ ਹੋਏ ਪਏ, ਅਤੇ ਪਤੰਗ ਵਗੈਰਾ ਉਡਾਵਾਂਗੇ ਆਪਾਂ। ਦਿਵਿਆਂਸ਼ ਘਰੇ ਆਇਆ ਹੋਇਆ ਸੀ ਮੈਂ ਸਟੱਡੀ ਕਰਨ ਵਾਸਤੇ, ਕਿਉਂਕਿ ਕੱਲ੍ਹ ਮੇਰਾ ਕੈਮਿਸਟਰੀ ਦਾ ਇਗਜ਼ਾਮ ਹੈ ਨਾ, ਐਡੀ ਵਧੀਆ ਪ੍ਰਿਪਰੇਸ਼ਨ ਹੋਈ ਨਹੀਂ ਆ ਰਿਹਾ ਕਿ ਪਤਾ ਨਹੀਂ ਕੀ ਗੱਲ ਬਣ ਗਈ, ਅਤੇ ਵਿਚਾਰਾ ਟੈਨਸ਼ਨ 'ਚ ਸਿਰ ਫੜ ਕੇ ਬੈਠਾ। ਰੋਈ ਤਾਂ ਨਹੀਂ ਹੁੰਦਾ? ਨਾ ਨਾ, ਮੈਂ ਕਿਧਰ ਰੋਈ ਜਾਂਦਾ ਯਾਰ, ਐਂ ਤਾਂ ਤਿਆਰੀ ਹੈਗੀ ਆ ਭਰਾਵਾ। ਅੱਛਾ ਯਾਰ, ਮੇਰੀ ਚੱਲ ਅੰਦਰ ਹੈ, ਭੁੱਲ ਰਹੇ ਹਾਂ। ਹੋਰ ਫਿਰ ਕੀ ਕਰ ਲਿਆ? ਕੁਛ ਨਹੀਂ ਕੀਤਾ। ਹੁਣ ਵੀ ਬਈ ਯਾਰ ਪੜੀ ਜਾਂਦੇ ਸੀ, ਲੈ ਪੜ ਲੈ। ਅੱਜ ਬੋਰਡ ਤੇ ਨਹੀਂ ਪੜਦਾ? ਅੱਜ ਬੋਰਡ ਤੇ ਕੀ ਕਰਨਾ ਹੈ, ਜੋ ਨੋਟਸ ਹੀ ਹੈਗੇ ਅੱਜ। ਅੱਛਾ ਚਲੋ ਪੜਦੇ ਆ ਫਿਰ। ਬਾਕੀ ਥੋੜ੍ਹੀ ਦੇਰ ਤੱਕ ਪਤੰਗ ਵਗੈਰਾ ਉਡਾਵਾਂਗੇ, ਅਤੇ ਇੱਕ ਵੱਡਾ ਪਤੰਗ ਵੀ ਉਡਾਉਣਾ, ਉਹ ਕੱਲ੍ਹ ਪਰਸੋਂ 'ਚ ਉਡਾਵਾਂਗੇ, ਦੇਖਦੇ ਕੀ ਕਰਨਾ ਹੁੰਦਾ ਕੀ ਨਹੀਂ ਕਰਨਾ। ਰੱਸੀਆਂ ਬਣ ਕੇ ਉਡਾਏਗਾ? ਉਹ ਰੱਸੀ ਬਣ ਕੇ ਉਡਾ ਦਾਂਗੇ, ਤੂੰ ਚੱਕ ਲਿਆ ਰੱਸੀ, ਜਿਹਦੇ ਨਾਲ ਕੱਪੜੇ ਧੋਣਾ ਉਹਦੇ ਨਾਲ ਹੀ ਉਡਾ ਲਈ ਓਏ। ਸਹੀ ਹੈ, ਤੂੰ ਨਹਾਤਾ ਨਹੀਂ ਅੱਜ, ਤਾਂ ਹੀ ਤਾਂ। ਉਹ ਇੱਥੇ ਜੀ ਅਸੀਂ ਪਤੰਗ ਉਡਾਉਣ ਵਾਸਤੇ ਲੱਗੇ ਹਾਂ, ਅਤੇ ਦਿਵਿਆਂਸ਼ ਦੇਖ ਲਓ ਕੈਮਿਸਟਰੀ ਦਾ ਕੱਲ੍ਹ ਪੇਪਰ ਆ, ਅਸੀਂ ਦੇਖ ਲਓ ਪਤੰਗ ਉਡਾਉਣ ਨੂੰ ਬੱਸਿਆ। ਬਾਕੀ ਦੇਖੋ ਕੀ ਬੰਦਾ ਹੈ, ਚੜ੍ਹ ਜਾ ਉੱਪਰ ਯਾਰ, ਮੇਰਾ ਇੱਥੇ ਸਾਰੇ ਵੱਜਿਆ ਸੀ। ਚੱਲ ਚੱਕ ਲਿਆ ਪਤੰਗ, ਕਦੋਂ ਆਏ? ਬਹੁਤ ਪਹਿਲਾਂ। ਚੱਲਾਂ ਫਿਰ? ਓਕੇ ਵੀਰੇ, ਹਾਂਜੀ। ਕਿਵੇਂ? ਬਸ ਯਾਰ, ਟਿਊਸ਼ਨ ਲਾ ਗਿਆ। ਅੱਛਾ, ਚੱਲ ਕੀ ਕਰਨ ਲੱਗ ਗਿਆ ਹੁਣ? ਉਹ ਯਾਰ ਇੱਕ ਵਾਰ ਰੱਖ ਦੇ ਯਾਰ, ਮੰਨੀ ਦੀ ਹੁੰਦੀ ਹੈ, ਮੇਰਾ ਪਾਵਰ ਬੈਂਕ ਦੇਖ ਕੇ ਲੁਕੋਈ ਜਾਂਦਾ ਯਾਰ, ਮਾੜੀ ਗੱਲ ਹੈ ਆਂਦੀ। ਚੱਲ ਉਹ ਤਾਂ ਫਿਰ ਕਾਪੀ ਚੱਕ ਕੇ ਬਹਿ ਗਏ। ਮੈਂ ਤਾਂ ਦੁਪਹਿਰ ਦੀ ਰੋਟੀ ਵੀ ਨਹੀਂ ਖਾ ਪਾਇਆ। ਨਾ ਖਾ, ਮੈਨੂੰ ਕਿਉਂ ਕਿਹਾ? ਅੱਗੇ ਮੈਂ ਪੜ੍ਹਾਈ ਤੋਂ ਕਰ ਲੈਣਾ, ਹੋਰ ਐਵੇਂ ਦੱਸ। ਓਏ ਓਏ, ਕੀ ਕਰਨਾ ਹੁਣ ਇੰਚ? ਚਲੋ ਬਾਈ, ਦਿਵਿਆਂਸ਼ ਦਾ ਸਾਲ ਪੁਰਾਣਾ ਪਤੰਗ ਚੱਕੀ, ਨਹੀਂ ਆਹੀ ਉਡਾਉਂਦੇ ਹਾਂ। ਚੱਲ ਜਸਨੋਰ ਬਾਈ ਦਾ ਫੋਨ ਆਇਆ, ਪਤੰਗ ਲਾਵਾਂ। ਹਾਂ ਵਧੀਆ, ਚੱਲ ਹੈਂ ਤੁਰਪਾ ਤੁਰਪਾ, ਅਸੀਂ ਵੀ ਤੁਰਦੇ। ਆ ਕੀ ਹੈ, ਡੋਰੀ ਖਾਲੀ ਹੋਈ ਪਈ ਸਾਰੀ। ਓਏ ਆ ਕੀ ਹੋਏ, ਕੀ ਹੋਇਆ ਇਹਨੂੰ? ਬਸ ਆਹੀ ਪਤੰਗ ਰਹਿ ਗਏ ਤੇ ਹੋਰ। ਵਾਹ ਯਾਰ, ਗੁੱਡ ਆ ਨਾ, ਬਟਵਾਰਾ ਕਰ ਲੋਗੇ ਤੁਮ, ਸਿੱਟ ਦਿੰਦਾ ਮੈਂ। ਚੱਲ ਆ ਜਾ ਫਿਰ, ਮੌਸਮ ਦੇਖੋ ਬਾਈ, ਪੂਰੇ ਵਧੀਆ ਵਲੌਗ ਆਣਗੇ, ਮਤਲਬ ਅੱਜ ਵਾਲਾ ਬਸ ਟਪਾ ਲਓ ਅੱਜ ਵਾਲਾ ਦਿਨ ਥੋੜ੍ਹਾ ਬਹੁਤਾ, ਕਿਉਂਕਿ ਇਗਜ਼ਾਮ ਚੱਲ ਰਿਹਾ ਨਾ, ਥੋੜ੍ਹਾ ਜਿਹਾ ਕੰਪਰੋਮਾਈਜ਼ ਕਰ ਲਓ ਪਲੀਜ਼। ਅਤੇ ਚਲੋ ਪਹੁੰਚ ਗਿਆ ਆਪਾਂ, ਪਰੀ ਲੈ ਕੇ ਛੋਟਾ ਭੀਮ ਲੈ ਕੇ, ਉੱਤੇ ਕਲਾਵਾਂ ਪਾਈਏ ਹੁਣ। ਡੋਰ ਕਿੱਥੇ ਆ? ਉਹ ਨਿਕਲ ਜਾ ਵੀਰੇ, ਚੱਕ ਵੀ ਉਹ ਹੁਣ ਡੋਨੇ ਪਤੰਗ ਕਿੱਧਰ ਦੀ ਆਵਾ, ਉੱਧਰ ਵਾਲੀ ਸਾਈਡ ਦੀ ਹੈ। ਕੀ ਹੋਈ ਜਾਂਦਾ ਇਹਨੂੰ, ਛੋਟਾ ਵੀ ਮੁੜਨੇ ਕੋ ਤਿਆਰ ਹੀ ਨਹੀਂ ਹੈ।
ਜਾਂ ਮੈਨੂੰ ਨਹੀਂ ਡਾਣਾ ਆਉਂਦਾ ਜਾਂ ਉੱਡੀ ਨਹੀਂ ਆਉਂਦਾ ਹੈ। ਉਹ ਭਾਰਾ ਹੀ ਬੜਾ ਆਇਆ ਪਿਆ ਰਾਹ, ਦੀਪੂ ਸੈੱਟ ਕਰੀ ਇਹਨੂੰ। ਉਡਾ ਤੇਰੇ ਪਰੇ ਨੂੰ। ਹਾਂ ਬੋਲੋ। ਅੱਜ ਵੀ ਟੁੱਟੂਗਾ ਯਾਰ, ਪੱਕੀ ਗੱਲ ਹੈ, ਪੱਕੀ ਗੱਲ ਹੈ। ਲੈ ਡੋਰ ਮੈਂ ਫੜਦਾ ਭਰਾਵਾ, ਡੋਰ ਦਾ ਤੂੰ, ਮੈਨੂੰ ਪਤਾ ਤੂੰ ਡੋਰ ਦਾ ਕੀ ਕਰ ਸਕਦਾ। ਓਏ ਬਾਈ ਮੇਰੇ ਨਾਲ ਮਾਰ ਦੀ, ਪਤੰਗ ਭਾਰਾ ਤਾਂ ਨਹੀਂ ਕਰ ਰੱਖਿਆ ਜਿਹੜਾ ਉੱਡੀ ਨਹੀਂ ਜਾਂਦਾ ਤੇਰੇ ਤੋਂ। ਹਲਕਾ ਕਰ ਫਿਰ ਉਹਨੂੰ, ਛੋਟਾ ਵੀ ਮੁੜ ਜੂਗਾ ਸਾਰਿਆਂ ਨੂੰ ਲੈ ਕੇ। ਹਲਕਾ ਕਰ ਲਾ ਭਾਰਾ, ਕਿਤੇ ਤਾਂ ਘੁੰਮ ਨੀ ਜਾਂਦਾ ਉਹ। ਸੋ ਸਾਡਾ ਪਤੰਗ ਬਹੁਤ ਔਖਾ ਵਧਣ ਲੱਗਾ, ਕਿਉਂਕਿ ਹਵਾ ਤਾਂ ਠੀਕ ਹੈ ਯਾਰ, ਪਰ ਪਤੰਗ ਨਹੀਂ ਸਹੀ ਤਰ੍ਹਾਂ ਉੱਡੀ ਜਾਂਦਾ, ਘੁੰਮ ਨਹੀਂ ਜਾਂਦਾ। ਅੱਗੋ ਜਾਊਗਾ ਖੁੱਲ ਕੇ, ਨਹੀਂ ਸਹੀ ਬੰਨੀ ਆ ਮੈਂ, ਸਹੀ ਬੰਨੀ ਆ, ਸਹੀ ਬੰਨੀ ਆ, ਟੈਨਸ਼ਨ ਨਾ ਲੈ ਤੂੰ। ਕਿਉਂ ਵਧਾ ਕੇ ਤੋੜਾਂਗੇ ਫਿਰ, ਡੋਰ ਵੀ ਤਾਂ ਜਾਵੇ, ਤੋੜਨਾ ਤਾਂ ਹੈਗਾ ਹੀ। ਤੂੰ ਹਰ ਸਾਲ ਲਿਆਉਣਾ, ਤੂੰ ਮੈਂ ਥੋੜੀ ਨਾ ਲਿਆਉਣਾ। ਤੇਰਾ ਕਿੰਨਾ ਪੁਰਾਣਾ ਨਾ ਆ ਪਤੰਗ ਵੀ ਨਹੀਂ ਘੁੰਮੀ ਕਿੰਦਾ, ਘਰੀ ਪਿਆ ਮੇਰਾ ਤਾਂ, ਜਿਹੜਾ ਲੈ ਕੇ ਆਂਦਾ ਸੀ ਨਵਾਂ। ਤੇ ਉਹਦੇ ਨਾਲ ਕਿਉਂ ਨਹੀਂ ਡਾਂਦਾ ਓ ਯਾਰ, ਫਿਰ ਸਾਂਭ ਕੇ ਵੀ ਰੱਖਣੀ ਆ ਅਗਲੀ ਵਾਰ ਵਾਸਤੇ, ਮਹਿੰਗੀਆਂ ਪਤਾ ਕਿੰਨੀਆਂ ਡੋਰਾਂ ਹੋਈਆਂ ਪਈਆਂ। ਹੋਰ ਯਾਰ ਦਿਵਿਆਂਸ਼ ਦੀ ਡੋਰ ਨਹੀਂ ਹੈਗੀ, ਤੇਰਾ ਤਾਂ 2 ਸਾਲ ਪੁਰਾਣਾ ਡੋ ਗੱਟੂ ਆ, ਨਾਲੇ ਮੈਂ ਤੇਰੇ ਰੱਖੜੀ ਲੈ ਕੇ ਗਿਆ ਸੀ, ਸਮਝਿਆ ਕਰੋ। ਓਏ ਓਏ ਖਿੱਚ 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 ਸਿੱਧਾ ਹੋ ਗਿਆ, ਅੜਕ ਚੱਲਾ ਸੀ ਉਹਨੇ। ਤੋੜ ਤੋੜ ਕੇ ਦਿਖਾ ਜੇ ਫਿਰ ਪਤੰਗ ਨੂੰ, ਖਿੱਚ ਮਾਰ ਕੇ ਦਿਖਾ, ਖਿੱਚ ਖਿੱਚ ਪੂਰੀ ਤੇਜ਼ ਫੁੱਲ ਸਪੀਡ ਹੌਲੀ ਹੈ। ਲੈ ਮੈਂ ਤਾਰ ਕੇ ਦਿਖਾਉਣਾ ਤੈਨੂੰ, ਮੈਂ ਤਾਰ ਕੇ ਦਿਖਾਉਣਾ, ਨਹੀਂ ਨਾ ਬਾਲ ਬੜੇ ਖਿਲਰ ਗਏ ਯਾਰ, ਥੱਲੇ ਗੁੰਝਲ ਪੈ ਗਈ ਓਏ, ਸੈੱਟ ਕਰ ਦਾਂਗੇ ਉਧਰ ਪਤੰਗ ਡੁੱਬੀ ਜਾਂਦੀ। ਚੱਲ ਫਿਰ ਲਪੇਟਾ ਹੁਣ, ਤੈਨੂੰ ਫੋਨ ਆ ਗਿਆ ਪਤਾ ਨਹੀਂ ਕਿੰਦੇ ਆਈ ਜਾਂਦੇ ਆ। ਦਿਖਾ ਫੋਨ ਦੇ, ਮੇਰੇ ਕੋਲੇ ਥੋੜੀ ਨਾ ਅੰਦਰ ਪਿਆ। ਅੱਛਾ ਅੜਾ ਯਾਰ ਹੁਣ ਡਾਲ ਆ, ਬਾਹ ਦੁਖਣ ਲੱਗ ਗਈ ਭਰਾ, ਕਿਵੇਂ ਭਾਰਾ ਬਾਲ ਹੈਗੇ, ਇਧਰ ਗੁੰਝਲ ਵੀ ਪਈ ਖੜੀ ਹੈ। ਸੈੱਟ ਹੈ ਪਤੰਗ, ਖੜਨ ਨੂੰ ਤਾਂ ਐਵੇਂ ਖੜ ਜਾਂਦਾ। ਵੇਲਾ ਕਿੰਨੀ ਰਹਿ ਗਈ ਤੇਰੇ ਵਾਲੇ ਨਾਲੋਂ, ਘੱਟ ਹੀ ਹੈ, ਕਿੰਨੀ ਘੱਟ ਹੀ ਹੈ ਤੇਰੀ ਡੋਰ ਦੇਖ ਲੈ ਕਿੰਨੀ ਪੁਰਾਣੀ ਵੀਰੇ, ਫਿਰ ਕੀ ਹੋ ਗਿਆ ਪੁਰਾਣੀ ਹੈ ਦਾ, ਲੈ ਲੈ ਤੇਰਾ ਪਤੰਗ ਦੇਖ ਲਾ, ਉਹ ਮੁੜਦਾ ਵੀ ਨਹੀਂ ਪਿਆਗਾ, ਡਿੱਗੂਗਾ ਜਾ ਕੇ ਕਿਤੇ। ਅੱਜ ਯਾਰ ਮੌਸਮ ਨਾ ਖਰਾਬ ਜਾ, ਸਵੇਰੇ ਸਵੇਰੇ ਮੈਂ ਸਟੱਡੀ ਕਰੀ ਜਾਂਦਾ, ਜ਼ੁਕਾਮ ਹੋ ਗਿਆ ਸੀ ਉਹਦਾ। ਕੀ ਹੋ ਗਿਆ ਕਰਨ, ਗੁੱਸਾ ਆ ਕਰਦੇ ਯਾਰ, ਚੱਲ ਦੇ ਹਾਂ, ਚੱਲ ਲਪੇਟ ਡੋਰ, ਲਪੇਟ ਲਪੇਟ ਹੁੰਦਾ ਲਪੇਟ, ਤੂੰ ਲਪੇਟ ਲਾ ਯਾਰ। ਚਲੋ ਪਤੰਗ ਅਸੀਂ ਉਤਾਰ ਲਿਆ, ਡੋਰ ਸਾਰੀ ਮੈਂ ਲਪੇਟੀ ਹੈ, ਮਾੜੀ ਐਂਡ ਤੇ ਦੀ ਮੈਨੂੰ ਲਪੇਟ ਰਹੀ ਹੁੰਦੀ, ਵਿਆਹ ਦਾ ਨਾ ਹੋ ਗਿਆ, ਝੂਠਾ ਵੇ ਆ, ਦੇਖ ਲੈ ਮੇਰੇ ਹੱਥ ਸਾਰੀ ਡੋਰ ਪੀ, ਹੱਥ ਪੀਲਾ ਹੋ ਗਿਆ ਮੇਰਾ, ਤੂੰ ਡਾਇਆ ਵੀ ਸੀਗਾ, ਚੱਲ ਹਾਂ ਚੱਲ, ਕੀ ਚੱਲ ਏ ਆ, ਇਹਦਾ ਅੱਗੋ ਦੀ ਕਿੰਨੀ ਢਿੱਲੀ ਉਹ ਕੀਤੀ ਸੀ, ਗੰਢ ਪਾਈ ਸੀ, ਨਿਕਲ ਜਾਂਦਾ ਉੱਡ ਜਾਂਦਾ ਫਿਰ।
ਚਲੋ ਤੇ ਕੱਲ੍ਹ ਵਾਲਾ ਵਲੌਗ ਬਹੁਤ ਜ਼ਿਆਦਾ ਸਪੈਸ਼ਲ ਹੋਣ ਵਾਲਾ ਕਿਉਂਕਿ ਕੱਲ੍ਹ ਮੇਰੇ ਹੋ ਜਾਣੇ ਇੱਕ ਟਾਈਪ ਨਾਲ ਇਗਜ਼ਾਮ ਖਤਮ ਕਿਉਂਕਿ ਮਿਊਜ਼ਿਕ ਦਾ ਰਹਿ ਜੂਗਾ ਸਿਰ ਉਹ 10 ਦਿਨਾਂ ਬਾਅਦ ਅਤੇ ਉਹਦੀ ਇੱਕ ਦਿਨ ਦੀ ਪ੍ਰਿਪਰੇਸ਼ਨ ਆ ਉਹ ਵੀ ਪੂਰੀ ਹੈ ਨਹੀਂ 2 ਘੰਟੇ ਦੀ ਹੈ ਅਤੇ ਉੱਥੇ ਕਦੋਂ ਜਾਣਾ ਜਿੱਥੇ ਮੈਂ ਤੈਨੂੰ ਕਿਹਾ ਸੀਗਾ ਚੱਲ ਵੜਾਂਗੇ 2-3 ਦਿਨ ਰੁਕ ਜਾ 2-3 ਦਿਨ ਰੁਕ ਜਾ ਦੇਖਦੇ ਹਾਂ ਚੱਲ ਅਰੇ ਘਰ ਛੇਤੀ ਚੱਲੀਏ ਫਿਰ ਟਿਊਸ਼ਨ ਚਲੋ ਸੋ ਫਿਲਹਾਲ ਇਸ ਵਲੋਗ ਨੂੰ ਇੱਥੇ ਕਰਦੇ ਹਾਂ ਹੋਪ ਤੁਹਾਨੂੰ ਪਸੰਦ ਆਉ ਪਸੰਦ ਆਇਆ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਮਿਲਦੇ ਤੁਹਾਨੂੰ ਅਜੇ ਨੈਕਸਟ ਵਲੋਗ ਵਿੱਚ ਥੈਂਕ ਯੂ ਸੋ ਮਚ ਫੋਰ ਵਾਚਿੰਗ ਬਾਏ ਆਓ ਜਣੀ ਖਣੀ ਉੱਤੇ ਨਹੀਂ ਉਹ ਅੱਖ ਰੱਖਦਾ ਕੜਕ ਹਰ ਕਾਨੇ ਕਾਲਾ